ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਦੋਸਤਾਂ ਨੂੰ ਸੱਜਣਾਂ ਨੂੰ ਮਿੱਤਰਾਂ ਨੂੰ ਸਭ ਤੋਂ ਪਹਿਲਾਂ ਮੈਂ ਬਹੁਤ ਬਹੁਤ ਵਧਾਈ ਕਿ ਮੇਰੇ ਚਾਚਾ ਜੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਨੂੰ ਪਰਮਾਤਮਾ ਵੱਲੋਂ ਬਖਸ਼ਿਸ਼ ਹੋਈ ਹੈ ਕੈਬਨਿਟ ਮੰਤਰੀ ਦਾ ਰੈਂਕ ਜਿਹੜਾ ਤੁਹਾਡੇ ਭਰਾਵਾਂ ਦੀਆਂ ਸਾਰਿਆਂ ਦੀਆਂ ਦੁਆਵਾਂ ਨਾਲ ਆਸ਼ੀਰਵਾਦ ਨਾਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਕਿਰਪਾ ਨਾਲ ਅਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਰਾਂ ਦੀ ਕਿਰਪਾ ਨਾਲ ਜਿਹੜਾ ਉਹਨਾਂ ਨੂੰ ਕੈਬਨਿਟ ਮੰਤਰੀ ਦਾ ਰੈਂਕ ਦਿੱਤਾ ਹੈ ਉਸ ਦੀ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਦੂਜਾ ਮੈਂ ਸਾਰੇ ਭਰਾਵਾਂ ਨੂੰ ਇਸ ਵੀਡੀਓ ਰਾਹੀਂ ਇੱਕ ਜਾਣਕਾਰੀ ਦੇ ਰਿਹਾ ਵੀ ਆਪਣੇ ਨਵੇਂ ਬਣੇ ਕੈਬਨਿਟ ਮੰਤਰੀ ਸਰਦਾਰ ਗੁਰਮੀਤ ਸਿੰਘ ਜੀ ਖੁੱਡੀਆਂ ਕੱਲ੍ਹ ਨੂੰ ਆਪਣੇ ਹਲਕੇ ਵਿੱਚ ਪਹੁੰਚ ਰਹੇ ਹੈ। ਲੰਬੀ ਹਲਕੇ ਵਿੱਚ ਸਭ ਤੋਂ ਪਹਿਲਾਂ ਮੰਡੀ ਕਿੱਲਿਆਂ ਵਾਲੀ 2:30 ਵਜੇ ਕੱਲ੍ਹ ਨੂੰ ਸ਼ਨੀਵਾਰ ਦੁਪਹਿਰ 2:30 ਵਜੇ ਮੰਡੀ ਕਿੱਲਿਆਂ ਵਾਲੀ ਉਹਨਾਂ ਨੇ ਪਹੁੰਚਣਾ ਹੈ। ਆਪਾਂ ਸਾਰੇ ਭਰਾਵਾਂ ਨੇ ਸਾਰੇ ਹਲਕੇ ਦੇ ਜਿੰਨੇ ਦੋਸਤ ਮਿੱਤਰ ਵਰਕਰ ਭਰਾ ਸਾਰਿਆਂ ਨੇ ਆਪਾਂ ਉੱਥੇ ਪਹੁੰਚਣਾ ਹੈ। ਉੱਥੋਂ ਉਹਨਾਂ ਦਾ ਸਵਾਗਤ ਕਰਕੇ ਉਹਨਾਂ ਨੂੰ ਉਵੇਂ ਗੱਡੀ ਦੇ ਜਿਵੇਂ ਅੱਗੇ ਆਪਾਂ ਕਾਫਲਾ ਬਣਾ ਕੇ ਉੱਥੋਂ ਤੁਰੇ ਸੀ ਉੱਥੋਂ ਮਹਿਣਾ ਮਹਿਣੇ ਭਾਗੂ ਭਾਗੂ ਖਿਓਲੇ ਲੰਬੀ ਲੰਬੀ ਤੋਂ ਖੁੱਡੀਆਂ ਪਿੰਡ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਕੇ ਫਿਰ ਘਰੇ ਆਉਣਾ। ਸੋ ਸਾਰੇ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਅਸੀਂ ਫੋਨ 'ਤੇ ਵੀ ਤੁਹਾਡੇ ਨਾਲ ਸੰਪਰਕ ਕਰਦੇ ਹਾਂ। ਮੈਂ ਫਿਰ ਵੀ ਇਸ ਵੀਡੀਓ ਰਾਹੀਂ ਸਾਰੇ ਭਰਾਵਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਵੀ ਜਿਹਦੇ ਕੋਲ ਫੋਨ 'ਤੇ ਸੁਨੇਹਾ ਲੱਗ ਜੇ ਅਸੀਂ ਕੋਸ਼ਿਸ਼ ਕਰਦੇ ਹਾਂ, ਪਰ ਜਿਹਦੇ ਕੋਲ ਨਹੀਂ ਵੀ ਲੱਗਿਆ ਤਾਂ ਸਾਡੀ ਇਸ ਬੇਨਤੀ ਨੂੰ ਤੁਸੀਂ ਕਬੂਲ ਕਰੋ ਔਰ ਵੱਧ ਤੋਂ ਵੱਧ ਆਪਾਂ ਸਾਰੇ ਇਕੱਠੇ ਹੋ ਕੇ ਆਪਣੇ ਹਰਮਨ ਪਿਆਰੇ ਨੇਤਾ ਨੂੰ ਜੋ ਆਪਣੇ ਚਿਰਾਂ ਤੋਂ ਸਾਰਿਆਂ ਦੀ ਰੀਝ ਸੀ ਸਾਰੇ ਇਸ ਗੱਲ ਦੀ ਦੁਆ ਕਰ ਰਹੇ ਸੀ ਕਿ ਸਾਡੇ ਇਸ ਹਰਮਨ ਪਿਆਰੇ ਨੇਤਾ ਨੂੰ ਕੈਬਨਿਟ ਵਿੱਚ ਮੰਤਰੀ ਲਿਆ ਜਾਵੇ ਤਾਂ ਆਪਣੀ ਜਿਹੜੀ ਉਹ ਰੀਝ ਉਹ ਪੂਰੀ ਕੀਤੀ ਹੈ ਅਤੇ ਉਹਦੀ ਖੁਸ਼ੀ ਵੰਡਾਉਣ ਦੀ ਖਾਤਰ ਆਪਾਂ ਉਹਨਾਂ ਦੇ ਸਵਾਗਤ ਵਾਸਤੇ ਮੰਡੀ ਕਿੱਲਿਆਂ ਵਾਲੀ 2:30 ਵਜੇ ਦੁਪਹਿਰੇ ਕਿਉਂਕਿ 9 ਵਜੇ ਉੱਥੋਂ ਚੱਲਣਗੇ ਮੇਰਾ ਅੰਦਾਜ਼ਾ ਹੈਗਾ ਵੀ 2:30 ਵਜੇ ਜਾਂ 3 ਵਜੇ ਪਹੁੰਚ ਜਾਣਗੇ। ਤੋ ਸਾਰਿਆਂ ਨੇ ਆਪਾਂ ਵੱਧ ਤੋਂ ਵੱਧ ਸੰਗਤ ਨੇ ਉੱਥੇ ਪਹੁੰਚਣਾ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਕੱਲ੍ਹ ਨੂੰ ਮਿਲਦੇ ਹਾਂ ਬਾਈ ਜੀ 2:30 ਵਜੇ ਮੰਡੀ ਕਿੱਲਿਆਂ।